पटियाला की बारादरी गार्डन के पास ट्रैफिक पुलिस की ओर से एक विशेष अभियान चलाया गया, जिसमें पटियाला पुलिस उन लोगों के हेलमेट उतारकर सड़क किनारे गिरा रही थी जिन्होंने आईएसआई मार्का का हेलमेट नहीं डाला हुआ था। बता दें कि पुलिस की ओर से इसके लिए लोगों को कई दिनों से जागरूक किया जा रहा था और शहरवासियों को अल्टीमेटम दिया गया था। वहीं ट्रैफिक इंचार्ज कर्नैल सिंह ने बताया कि लोग घटिया किस्म के हेलमेट का प्रयोग कर अपनी जिंदगी का बहुत बड़ा रिस्क लेते हैं और दुर्घटना के वक्त इनका कोई फायदा नहीं होता। जहां एक और कुछ शहर वासियों ने इसकी शिलागा की तो कुछ लोगों ने कहा कि ट्रैफिक पुलिस को इसके लिए पहले से सूचित करना चाहिए था। ਆਪਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੈ ਵਧੀਆ ਕਹਿ ਰਹੇ ਨੇ ਜੋ ਕਰ ਰਹੇ ਨੇ। ਦੇਖੋ ਭਾਈ ਚੀਜ਼ ਹੈ ਤਾਂ ਇਹ ਸਹੀ ਹੈ ਜੀ, ਠੀਕ ਹੈ ਚੀਜ਼ ਇਹ, ਪਰ ਇਹ ਜਿਵੇਂ ਗੱਲਬਾਤ ਹੋਈ ਹੈ ਵੀ ਇਹਨਾਂ ਨੇ ਪਹਿਲਾਂ ਅਨਾਊਂਸਮੈਂਟ ਹੋਈ ਸੀ ਉਹ ਚੀਜ਼ ਦਾ ਨਹੀਂ ਆਪਾਂ ਨੂੰ ਧਿਆਨ ਸੀਗਾ ਵੀ ਹੋਈ ਸੀ ਜਾਂ ਨਹੀਂ ਹੋਈ ਸੀ, ਬਸ ਉਹ ਚੀਜ਼ ਦੀ ਹੁਣ ਥੋੜ੍ਹੀ ਜਿਹੀ ਹਰਾਸਮੈਂਟ ਸੀ, ਬਾਕੀ ਗੱਲ ਤਾਂ ਚੀਜ਼ ਤਾਂ ਠੀਕ ਹੈਗੀ ਹੋਈ ਹੈ ਜੀ, ਉਹ ਚੀਜ਼ ਦੇ ਵਿੱਚ ਤਾਂ ਨਹੀਂ ਕੋਈ ਸ਼ੱਕ ਹੈਗਾ। ਅਸੀਂ ਕਾਫੀ ਦਿਨਾਂ ਤੋਂ ਜਿਹੜਾ ਕਿ ਸਪੈਸ਼ਲ ਜਿਹੜੇ ਸਾਡੇ ਟ੍ਰੈਫਿਕ ਮੁਲਾਜ਼ਮ ਹੈ ਉਹ ਅਵੇਅਰ ਕਰ ਰਹੇ, ਔਰ ਮੈਂ ਖੁਦ ਚੌਂਕਾਂ 'ਚ ਖੜ ਕੇ ਸਕੂਲਾਂ ਕਾਲਜਾਂ 'ਚ ਅਤੇ ਜਗ੍ਹਾ ਜਗ੍ਹਾ ਬੋਰਡ ਲਗਵਾਏ ਹੋਏ ਆ ਕਿ ਜਿਹੜਾ ਹੈਲਮਟ ਪਹਿਨਣਾ ਬੜਾ ਜ਼ਰੂਰੀ ਹੈ, ਹੈਲਮਟ ਉਹ ਪਹਿਨਣਾ ਜਿਹੜਾ ISI ਮਾਰਕਾ ਹੋਏਗਾ। ਇਹਨਾਂ ਨੂੰ ਕੱਲ੍ਹ ਤੱਕ ਵਾਰਨਿੰਗ ਦਿੱਤੀ ਹੋਈ ਸੀ ਵੀ ਤੁਸੀਂ ਬਿਲਕੁਲ, ਜੇ ਤੁਹਾਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜਾ ਸਾਡੀ ਸੇਫਟੀ ਜਿਹੜੀ ਹੈ ਉਹ ਹੈਲਮਟ ਇੱਕ ਪੁਲਿਸ ਦੇ ਡਰ ਤੋਂ ਨਹੀਂ ਪਾਉਣਾ, ਜਿਹੜਾ ਹੈਲਮਟ ਪਹਿਨਣਾ ਉਹ ਆਪਣੀ ਸੇਫਟੀ ਲਈ ਪਹਿਨਣਾ। ਲੇਕਿਨ ਅੱਜ ਵੀ ਲੋਕ ਜਿਹੜੇ ਆ ਉਹੀ ਹੈਲਮਟ ਲੈ ਕੇ ਘੁੰਮ ਰਹੇ ਆ, ਅਸੀਂ ਜਿਹੜੇ ਪੁਰਾਣੇ ਹੈਲਮਟ ਆ ਉਹ ਸਾਰੇ ਇਹਨਾਂ ਨੂੰ ਉਤਾਰ ਕੇ ਇਹਨਾਂ ਨੂੰ ਕਹਿ ਰਹੇ ਕਿ ਤੁਸੀਂ ਨਵਾਂ ISI ਮਾਰਕਾ ਲੈ ਕੇ ਆਓ, ਇਹ ਵੀ ਅੱਜ ਦਾ ਦਿਨ ਇਹਨਾਂ ਨੂੰ ਦੇ ਰਹੇ ਹਾਂ। ਜੇਕਰ ਇਹ ਕੱਲ੍ਹ ਨੂੰ ਫਿਰ ਵੀ ਹੈਲਮਟ ਨਹੀਂ ਯੂਜ਼ ਕਰਦੇ ਤਾਂ ਇਹਨਾਂ ਦਾ ਜਿਹੜੀ ਬਣਦੀ ਕਾਰਵਾਈ ਹੈ ਅਸੀਂ ਉਹ ਕਰਾਂਗੇ। ਅਸੀਂ ਜਿਹੜੇ ਹੈਲਮਟ ਐਕਚੁਅਲੀ ਤਾਂ ਇਹ ਸਾਰੇ ਦੇਖੋ ਤੁਸੀਂ ਖਰਾਬ ਹੀ ਆ, ਵੈਸੇ ਇੱਕ ਟੋਪੇ ਦੇ ਤੌਰ 'ਤੇ ਉਹ ਮੇਹਰ ਰੱਖੇ ਹੋਏ ਪੁਲਿਸ ਦੇ ਨਾਲ।